ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆਪ ਸਭ ਦਾ ਆਪਣੇ ਯੂਟਿਊਬ ਦੇ ਇਸ ਚੈਨਲ ਡੈਲਜ ਲਰਨਿੰਗ ਪੁਆਇੰਟ ਦੇ ਉੱਪਰ। ਅੱਜ ਅਸੀਂ ਜਿਹੜੀ ਇਹਦੇ ਵਿੱਚ ਖਾਸ ਗੱਲ ਕਰਨੀ ਹੈ ਵੀਡੀਓ ਦੇ ਵਿੱਚ, ਉਹ ਹੈ ਪੰਜਾਬ ਵਕਫ ਬੋਰਡ ਦੀ ਜੋ ਪੋਸਟਾਂ ਨਿਕਲੀਆਂ ਨੇ ਉਹਦੇ ਸੰਬੰਧਿਤ। ਪੰਜਾਬ ਵਕਫ ਬੋਰਡ, ਠੀਕ ਹੈ ਜੀ। ਸੋ ਪੰਜਾਬ ਵਕਫ ਬੋਰਡ ਦੇ ਅੰਦਰ ਜੋ ਪੋਸਟਾਂ ਆਈਆਂ ਨੇ ਵੱਖਰੀਆਂ ਵੱਖਰੀਆਂ ਪੋਸਟਾਂ ਨੇ, ਜਿਹਦੇ ਵਿੱਚ ਤੁਸੀਂ ਕਲਰਕ ਦੀ ਪੋਸਟ ਵੀ ਕਹਿ ਸਕਦੇ ਹੋ, ਹੋਰ ਵੱਖਰੇ ਵੱਖਰੇ ਤਰ੍ਹਾਂ ਦੀਆਂ ਪੋਸਟਾਂ ਨੇ। ਸੋ ਜੇਕਰ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਜ਼ਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਲਾਈਕ ਕਰੋ, ਕਿਉਂਕਿ ਅੱਜ ਦਾ ਜੋ ਸਮਾਂ ਹੈ ਉਹਦੇ ਵਿੱਚ ਪੋਸਟਾਂ ਬਹੁਤ ਘੱਟ ਨਿਕਲ ਰਹੀਆਂ ਨੇ, ਜੋ ਨਿਕਲ ਰਹੀਆਂ ਨੇ ਉਹਨਾਂ ਦੇ ਇਗਜ਼ਾਮ ਨਹੀਂ ਹੋ ਰਹੇ। ਇਹਦੇ ਵਿੱਚ ਇੱਕ ਪੋਸਟ ਇੱਦਾਂ ਦੀ ਹੈ ਜਿਹੜੀ ਜਿਹਦਾ ਇਗਜ਼ਾਮ ਲੈਣਾ ਕੋਈ ਬਹੁਤਾ ਟਫ ਨਹੀਂ ਹੈ। ਇਹਦੇ ਵਿੱਚ ਇੱਕ PN ਦੀ ਪੋਸਟ ਹੈ ਜਿਹਨੂੰ ਬਹੁਤ ਜਲਦੀ ਭਰਤੀ ਕੀਤਾ ਜਾ ਸਕਦਾ। ਸੋ ਸਾਰੀਆਂ ਹੀ ਪੋਸਟਾਂ 'ਤੇ ਪਛਾਤੀ ਮਾਰਦੇ ਹਾਂ, ਸਾਰੀਆਂ ਪੋਸਟ ਦੀ ਕੁਆਲੀਫਿਕੇਸ਼ਨ, ਉਹਦਾ ਪੇ ਸਕੇਲ, ਹਰ ਇੱਕ ਚੀਜ਼ ਨੂੰ ਬੜੇ ਧਿਆਨ ਨਾਲ ਸਮਝਦੇ ਹਾਂ ਕੀ ਉਹਦੇ ਲਈ ਜ਼ਰੂਰੀ ਹੋਏਗਾ, ਪੇਪਰ ਕਿਸ ਤਰ੍ਹਾਂ ਦਾ ਹੋਏਗਾ, ਤੁਹਾਨੂੰ ਕੀ ਕੁਛ ਆਉਣਾ ਚਾਹੀਦਾ, ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਦੇਖਦੇ ਹਾਂ, ਸਮਝਦੇ ਹਾਂ। ਸਭ ਤੋਂ ਪਹਿਲੀ ਪੋਸਟ ਹੈ ਜੀ ਇਹਦੇ ਵਿੱਚ ਅਕਾਊਂਟ ਕਲਰਕ ਦੀ। ਸਭ ਤੋਂ ਪਹਿਲੀ ਚੀਜ਼ ਮੇਨ ਜੇ ਮੈਂ ਗੱਲ ਕਰਾਂ ਤਾਂ ਤੁਹਾਨੂੰ 10ਵੀਂ 'ਚ ਪੰਜਾਬੀ ਜ਼ਰੂਰ ਚਾਹੀਦੀ ਹੈ। ਇਫ ਯੂ ਆਰ ਫਰੋਮ ਦਾ ਅਦਰ ਸਟੇਟ, ਸੋ ਯੂ ਆਰ ਨੋਟ ਐਲੀਜੀਬਲ ਫੋਰ ਦਿਸ ਪੋਸਟ ਇਫ ਯੂ ਆਰ ਨੋਟ ਸਟੱਡੀਡ ਪੰਜਾਬੀ ਇਨ ਯੂਅਰ ਮੈਟ੍ਰੀਕੁਲੇਸ਼ਨ ਐਗਜ਼ਾਮ, ਠੀਕ ਹੈ ਜੀ। ਸੋ ਫਸਟ ਪੋਸਟ ਹੈ ਜੀ ਅਕਾਊਂਟ ਕਲਰਕ ਦੀ, ਜਿਹੜੀਆਂ ਵੈਕੈਂਸੀਜ਼ ਟੋਟਲ ਜਿਹੜੀਆਂ ਨੇ 6 ਨੇ, ਬਟ BCOM ਚਾਹੀਦੀ ਹੈ। ਸੋ ਪੇ ਸਕੇਲ ਤੁਸੀਂ ਦੇਖ ਸਕਦੇ ਹੋ 10,300, ਜੋ ਕਿ 3 ਸਾਲ ਪ੍ਰੋਬੇਸ਼ਨ ਰਹੇਗਾ, ਉਸ ਤੋਂ ਬਾਅਦ 34,800 ਹੋ ਜਾਏਗੀ। ਉਸ ਤੋਂ ਬਾਅਦ ਹੈ ਜੀ ਸੈਕਸ਼ਨ ਆਫਿਸਰ ਜਾਂ ਸਟੇਟ ਆਫਿਸਰ, ਐਗਜੀਕਿਊਟਿਵ ਆਫਿਸਰ, 10 ਪੋਸਟਾਂ ਨੇ। ਉਹਨੂੰ ਗ੍ਰੈਜੂਏਟ ਕੀਤੀ ਹੋਈ ਹੋਣੀ ਚਾਹੀਦੀ ਹੈ ਐਂਡ ਪ੍ਰੈਫਰੈਂਸ ਵਿਲ ਬੀ ਗਿਵਨ ਟੂ ਅ ਪਰਸਨ ਹੈਵਿੰਗ ਐਨ ਐਕਸਪੀਰੀਅੰਸ ਇਨ ਸੁਪਰਵਾਈਜ਼ਰੀ ਕੈਪੈਸਿਟੀ। ਜਿਹਦੇ ਕੋਲ ਇਸ ਚੀਜ਼ ਦਾ ਐਕਸਪੀਰੀਅੰਸ ਹੋਏਗਾ ਸੁਪਰਵਾਈਜ਼ਰੀ ਕੈਪੈਸਿਟੀ ਦਾ, ਉਸਨੂੰ ਪ੍ਰੈਫਰੈਂਸ ਦਿੱਤੀ ਜਾ ਸਕਦੀ ਹੈ। ਬਟ ਅਗਰ ਕੋਈ ਇੱਦਾਂ ਦਾ ਨਾਂ ਵੀ ਆਇਆ ਸੋ ਫਿਰ ਸਿੰਪਲ ਗ੍ਰੈਜੂਏਸ਼ਨ ਬੇਸ 'ਤੇ ਲਗਾ ਲਏ ਜਾਣਗੇ। ਸਮਝ ਰਹੇ ਹੋ ਜੀ, ਪ੍ਰੈਫਰੈਂਸ ਲਿਖੀ ਗਈ ਹੈ। ਅਗਰ ਮੰਨ ਲਓ ਉੱਥੇ ਬੰਦੇ ਹੀ 10 ਪਹੁੰਚਦੇ ਨੇ, ਮੰਨ ਲਓ 100 ਨੇ ਅਪਲਾਈ ਕਰਤਾ, ਉੱਥੇ 5 ਹੀ ਬੰਦੇ ਉੱਦਾਂ ਦੇ ਨੇ ਜਿਹਨਾਂ ਕੋਲ ਐਕਸਪੀਰੀਅੰਸ ਸੀ, ਤਾਂ ਤੁਸੀਂ ਸਮਝ ਸਕਦੇ ਹੋ ਕਿ ਬਾਕੀ ਦੇ 5 ਨੂੰ ਤਾਂ ਐਟਲੀਸਟ ਗ੍ਰੈਜੂਏਸ਼ਨ ਬੇਸ ਜੋਬ ਹੀ ਮਿਲੇਗੀ, ਠੀਕ ਹੈ ਜੀ। ਰੈਂਟ ਆਫਿਸਰ ਜਾਂ ਕਲਰਕ ਕਹਿ ਸਕਦੇ ਹਾਂ ਅਸੀਂ, 79 ਪੋਸਟਸ ਨੇ ਔਰ ਗ੍ਰੈਜੂਏਸ਼ਨ ਹੀ ਚਾਹੀਦੀ ਹੈ ਇਕੱਲੀ। ਉਹ ਪੇ ਸਕੇਲ ਫਿਰ ਉਹੀ 10,300 ਤੋਂ 34,800 ਦਾ ਹੈ। ਲੀਗਲ ਸਪੋਰਟ ਅਸਿਸਟੈਂਟ ਹੈ, LLB ਚਾਹੀਦੀ ਹੈ, 10,300 ਤੋਂ 34,800। ਸੀਨੀਅਰ ਅਸਿਸਟੈਂਟ ਹੈ, ਗ੍ਰੈਜੂਏਟ ਹੋਵੋ ਤੁਸੀਂ ਕਿਤੋਂ ਵੀ ਐਂਡ ਯੂ ਆਰ ਐਲੀਜੀਬਲ ਫੋਰ ਦਿਸ। ਤੁਸੀਂ ਦੇਖੋ ਜਿਹੜਾ ਸੀਨੀਅਰ ਅਸਿਸਟੈਂਟ ਦੀ ਪੋਸਟ ਹੈ ਨਾ, ਤਨਖਾਹ ਸੇਮ ਹੈ ਬਟ ਗ੍ਰੇਡ ਪੇ ਦਾ ਫਰਕ ਹੈ, ਗ੍ਰੇਡ ਪੇ 4400 ਹੈ। ਇਹਦਾ ਮਤਲਬ ਜੋ ਸੀਨੀਅਰ ਅਸਿਸਟੈਂਟ ਹੈ ਉਹ Level 4 ਜਾਂ Level 5 ਦੇ ਅੰਡਰ ਆਉਂਦਾ ਹੈ ਸੈਂਟਰ ਪੇ ਸਕੇਲ ਦੇ। ਇਹਦਾ ਮਤਲਬ ਉਹਦੀ ਪੋਸਟ ਹਾਈ ਰੇਟਿੰਗ 'ਤੇ ਹੈ, ਜਿਹਦੀ ਤਨਖਾਹ ਵੀ ਜੋ ਹੈ ਉਹ ਇੱਕ ਦੁੱਗਣੇ ਰੇਟ 'ਤੇ ਵੱਧਦੀ ਹੈ। ਅਗਰ ਨੋਰਮਲੀ ਅਸੀਂ ਗੱਲ ਕਰੀਏ ਸਾਲਾਨਾ 600 ਵਧਣੀ ਹੈ, ਉਹਨਾਂ ਦੀ 800, 850 ਇੱਦਾਂ ਪੇ ਸਕੇਲ ਜਿਹੜੇ ਵੱਧਦੇ ਹੈ। PN ਦੀ ਪੋਸਟ ਆ ਗਈ, ਸ਼ੁੱਡ ਹੈਵ ਪਾਸਡ 12th ਐਨੀ ਰਿਕੋਗਨਾਈਜ਼ਡ ਬੋਰਡ। ਤੁਸੀਂ ਕਿਤੋਂ ਵੀ +2 ਕੀਤੀ ਹੋਵੇ, ਬਟ ਫਿਰ ਉਹੀ ਚੀਜ਼ ਹੈ ਕਿ ਤੁਸੀਂ 10th ਵਿੱਚ ਪੰਜਾਬੀ ਜ਼ਰੂਰ ਕੀਤੀ ਹੋਣੀ ਚਾਹੀਦੀ ਹੈ। ਸ਼ੁੱਡ ਹੈਵ ਪਾਸਡ 12th ਫਰੋਮ ਐਨੀ ਰਿਕੋਗਨਾਈਜੇਸ਼ਨ ਬੋਰਡ ਫਿਕਸਡ ਰੇਟ ਬਾਈ ਲੇਬਰ ਡਿਪਾਰਟਮੈਂਟ। ਨੋਰਮਲੀ ਅਗਰ ਮੈਂ ਇੱਥੇ ਗੱਲ ਕਰਾਂ ਤਾਂ ਤੁਹਾਨੂੰ 10,300 ਤਾਂ ਮਿਲ ਹੀ ਸਕਦੀ ਹੈ ਐਂਡ ਆਫਟਰ ਦੈਟ ਤੁਹਾਨੂੰ 34,800 ਨਹੀਂ ਬਟ 25, 24, 22, 28 ਇਹ ਤੁਹਾਡਾ ਪੇ ਸਕੇਲ ਰਹਿੰਦਾ ਹੈ ਐਂਡ ਐਂਡ ਆਫ ਯੂਰ ਜੋਬ, ਯਾਨੀ ਕਿ ਰਿਟਾਇਰਮੈਂਟ ਵਾਲੀ ਜੋ ਡਿਕੇਡ ਹੈ 50-60 ਈਅਰਸ ਵਾਲੀ, ਈਜ਼ਲੀ ਤੁਹਾਡੀ ਜਿਹੜੀ ਪੇ ਸਕੇਲ ਆ ਉਹ 40-45-50 ਬੜੇ ਆਰਾਮ ਨਾਲ ਹੁੰਦੀ ਹੈ। ਸੋ ਟੋਟਲ 173 ਪੋਸਟਾਂ ਨੇ ਜੀ ਇਹ। ਜਿਹੜੀ ਚੀਜ਼ ਮੈਂ ਤੁਹਾਨੂੰ ਕਹਿੰਦਾ ਆ ਰਿਹਾ ਕਿ ਮੈਟ੍ਰਿਕ ਦੇ ਵਿੱਚ ਪੰਜਾਬੀ ਚਾਹੀਦੀ ਹੈ, ਸੋ ਜਾਂ ਤੁਸੀਂ ਪੰਜਾਬੀ ਨਹੀਂ ਤਾਂ ਇੱਕ ਜੋ ਪੰਜਾਬ ਗੌਰਮੈਂਟ ਦੁਆਰਾ ਇੱਕ ਪੰਜਾਬੀ ਦੀ ਪ੍ਰੋਫੀਸ਼ੈਂਸੀ ਦਾ ਟੈਸਟ ਲਿੱਤਾ ਜਾਂਦਾ ਉਹ ਤੁਹਾਡਾ ਦਿੱਤਾ ਹੋਵੇ। ਸੈਕਿੰਡ ਚੀਜ਼, ਤੁਹਾਨੂੰ ਉਰਦੂ ਲੈਂਗੁਏਜ ਵੀ ਆਉਂਦੀ ਹੋਣੀ ਚਾਹੀਦੀ ਹੈ, ਉਹਦਾ ਇੱਕ ਕੁਆਲੀਫਾਇੰਗ ਨੇਚਰ ਦਾ ਪੇਪਰ ਲਿਆ ਜਾਏਗਾ। ਹੁਣ ਦੇਖੋ ਕੁਆਲੀਫਾਇੰਗ ਨੇਚਰ ਦਾ ਪੇਪਰ ਹੈ, ਉਹਦੇ ਵਿੱਚ 50 ਕੁਐਸਚਨਸ ਆਉਣਗੇ ਅਤੇ 100 ਨੰਬਰ ਦਾ ਪੇਪਰ ਹੈ, 2 ਨੰਬਰ ਦਾ ਕੁਐਸਚਨ, ਔਰ ਕੁਆਲੀਫਾਇੰਗ ਨੇਚਰ ਯਾਨੀ ਕਿ 40 ਮਾਰਕਸ ਲੈਣੇ ਨੇ। ਸਮਝੋ ਇਸ ਚੀਜ਼ ਨੂੰ, 50 ਕੁਐਸਚਨ ਵਿਦਆਊਟ ਨੈਗੇਟਿਵ ਮਾਰਕਿੰਗ। ਤੁਸੀਂ 15 ਤਾਂ ਵੈਸੇ ਵੀ ਠੀਕ ਕਰ ਸਕਦੇ ਹੋ ਅਗਰ ਤੁਸੀਂ ਤੁੱਕੇ ਵੀ ਲਾ ਕੇ ਆ ਜਾਓਗੇ, ਚਾਹੇ ਤੁਹਾਨੂੰ ਉਰਦੂ ਆਉਂਦੀ ਚਾਹੇ ਨਹੀਂ ਆਉਂਦੀ,
So if you want to take risk, so you do, तुम्हें लेना चाहिए। आज के टाइम च जॉब नहीं है, तुसी फॉर्म नू भरो, जिवें तुसी पीएन दी पोस्ट भर दो, पीएन दी पोस्ट लई कल्ला उर्दू दा प्रोफिशिएंसी टेस्ट होना और कुछ नहीं होना। पंजाब विचों तुसी गिनती दे 10 क्वेश्चंस ठीक कर 20 क्वेश्चंस ठीक करके आने पंजाब चो। अगर तुसी नेट तो कोई उर्दू नू पढ़न दी कुछ इदां दी देख लो, तुहानू पढ़नी ही आउंदी है, कल्ली तुसी अल्फाबेट्स सीख लो। भाषा सेम सी, भाषा ऑलमोस्ट सेम है, मैं फिर इतने रिपीट कर रहा, भाषा ऑलमोस्ट सेम है। उन्हां दी लिखावट का फर्क है, जिवें अ आ ई हिंदी साडी हुंदी है, फिर पंजाबी आ गई उदा उर्दू है, इदां बहुत सारिया चीज़ा हुंदी है। उन्हूं तुसी देख के नैट तो थोड़ा बहुत कर सकते हो, बट यू टेक रिस्क। अगर मान लो उत्थे टोटल 34 बंदे पहुँचते नहीं है, सो यू गेट द जॉब। इस चीज़ में ज़रूर सोच के चलो, फॉर्म ज़रूर भरो, ठीक है जी। सो नैक्सट इतने मोड ऑफ सिलेक्शन है जी, पेपर होणगे जिहड़े बाकियां दे लई सी, रिटर्न टैसट ऑफ 400 मार्क्स, इंटरव्यू है, स्किल टैसट है, सो मैनी थिंग्स। बट जो पी एन दी पोस्ट है, आ देखो जी सब कुछ दिता होया, इसका तुसीं कर सकते हो। जिहड़ा सीनियर असिस्टेंट दे लई है, क्लर्क दे लई, लॉजिकल रीजनिंग, मैंटल एबिलिटी, इंग्लिश कॉम्प्रीहेंशन, करंट अफेयर, जनरल नॉलेज, वक्फ बोर्ड के द्वारा वो जिहड़ा बनया होया उस दी प्रॉपर्टी उसनों लैके, वो 10 नंबर दे हैगे ने, 10 क्वेश्चन आने ने, 4 नंबर का क्वेश्चन है। फिर टोटल ये उर्दू लैंग्वेज टेस्ट होएगा, 25 क्वेश्चन आने के 4 नंबर का, सो इन टोटल 125 हो गए। इंटरव्यू भी पार्ट है 70, सो इस तरीके नाल सारा बढ़ रहा है। अकाउंट क्लर्क दे लई फिर वही उस तरीके का आ गया काम, ठीक है जी। फॉर द पोस्ट ऑफ अकाउंट क्लर्क या लीगल सपोर्ट ऑफिसर, वो सारा पी एन दे लई। देखो उर्दू लैंग्वेज टेस्ट है किला क्वालीफाइंग नेचर का है, जिस दे विच चेंज द जेंडर नंबर कॉम्प्रीहेंशन बेस्ड ऑन सिंपेजस, साइनोनियम, एंटोनियम, ईडियम्स एंड फ्रेसिस आएंगे। सो एक बड़ी सिंपल जी चीज़ है, जिवें असी पंजाबी बोलते, हालांकि सानू भी पता है कि शाहमुखी है, वो बोलण विच सेम है, लिखण विच अलग है। सो अगर तुहानू लिखण दा भी कुछ पता लग गया, सो तुसी जरूर उत्ते कुछ ना कुछ कर लोगे, क्योंकि क्वालीफाइंग नेचर का पेपर है, देर इज़ बहुत ज़्यादा टफ नहीं होंगे वो, बट बाकी तुहाडी इच्छा है। मैं सिर्फ इस वे तो कह रहा कि ਜਿਹੜੀਆਂ ਭਰਤੀਆਂ ਉਹ ਨਿਕਲ ਨਹੀਂ ਰਹੀਆਂ, ਸੋ ਜਿਹੜੀ ਵੀ ਨਿਕਲ ਰਹੀ ਹੈ ਤੁਸੀਂ ਜ਼ਰੂਰ ਰਿਸਕ ਲਓ, ਜ਼ਰੂਰ ਭਰੋ ਉਸਨੂੰ। ਸੋ ਇਹ ਸੀ ਜੀ ਸਾਰੇ ਦਾ ਸਾਰਾ, ਅਤੇ ਇਹਦੀ ਜਿਹੜੀ ਲਾਸਟ ਡੇਟ ਦੀ ਅਗਰ ਮੈਂ ਗੱਲ ਕਰਾਂ, ਸੋ ਲਾਸਟ ਡੇਟ ਇਹਦੀ ਜਿਹੜੀ ਹੈ ਹਜੇ 24 ਸਪਤੰਬਰ ਹੈ, 24 ਸਪਤੰਬਰ ਇਹਦੀ ਜੋ ਲਾਸਟ ਡੇਟ ਹੈ ਫੀਸ ਭਰਨ ਦੀ, ਅਤੇ ਪੇਪਰ ਦੀ ਹਜੇ ਤਰੀਕ ਕੁਛ ਨਹੀਂ ਲਿਖੀ, ਟੂ ਬੀ ਡਿਸਾਈਡਿਡ ਡਿਪੈਂਡਿੰਗ ਅਪਨ ਕੋਵਿਡ-19 ਸਿਚੁਏਸ਼ਨ, ਉਹਦੇ ਅਕੋਰਡਿੰਗ ਜਿਹੜੀ ਉਹ ਸਾਰੀ ਹੱਲ ਕੀਤੀ ਜਾਊਗੀ, ਠੀਕ ਹੈ ਜੀ। ਸੋ ਇਹ ਸੀ ਸਾਰਾ, ਅਤੇ ਇਹਦੀ ਪੇਪਰ ਦੀ ਫੀਸ ਵੀ ਅਗਰ ਮੈਂ ਇੱਥੇ ਗੱਲ ਕਰਾਂ, ਪੇਪਰ ਦੀ ਫੀਸ ਵੀ ਇੱਥੇ ਦਿੱਤੀ ਹੋਏਗੀ, ਇਫ ਆਈ ਐਮ ਨੋਟ ਰੋਂਗ, ਪੇਪਰ ਦੀ ਫੀਸ ਵੀ ਇੱਥੇ ਹੀ ਦਿੱਤੀ ਹੋਈ ਹੈ ਸਾਨੂੰ। ਪੇਪਰ ਦੀ ਫੀਸ ਪੇਪਰ ਦੀ ਫੀਸ ਜਿਹੜੀ ਹੈ ਉਹ ਹਜੇ ਆਹ ਲਿਖੀ ਹੋਈ ਹੈ ਜੀ, ਕਿ ਤੁਸੀਂ 500 ਰੁਪੀਜ਼ ਜਿਹੜੀ ਹੈ, ਕੋਈ ਕਿਸੇ ਕੈਟਾਗਰੀ ਨੂੰ ਜਿਹੜੀ ਹੈ ਉਹ ਨਹੀਂ ਹੈਗੀ ਛੋਟ, ਸਿੱਧੀ 500 ਰੁਪਏ ਫੀਸ ਹੈ ਹਰ ਇੱਕ ਦੇ ਲਈ, ਐੱਸ ਸੀ, ਐੱਸ ਟੀ, ਬੀ ਸੀ, ਓ ਬੀ ਸੀ, ਜਨਰਲ, ਈਡਬਲਿਊਐਸ, ਫੋਰ ਐਵਰੀਵਨ 500 ਰੁਪਏ ਫੀਸ ਹੈ ਜੀ। ਸੋ ਤੁਸੀਂ ਇਸ ਫਾਰਮ ਨੂੰ ਜ਼ਰੂਰ ਭਰੋ, ਜ਼ਰੂਰ ਦਿਓ ਇਸ ਪੇਪਰ ਨੂੰ, ਖਾਸ ਕਰਕੇ ਪੀ ਐਨ ਦੀ ਪੋਸਟ ਨੂੰ ਜ਼ਰੂਰ ਅਪਲਾਈ ਕਰੋ। ਕੋਈ ਪੋਸਟ ਛੋਟੀ ਵੱਡੀ ਦਾ ਨਾ ਸੋਚੋ, ਕੁਛ ਇੱਦਾਂ ਦਾ ਨਾ ਕਰੋ। ਇਹ ਸੀ ਸਾਰਾ ਪੰਜਾਬ ਵਕਫ ਬੋਰਡ ਦੀ ਜਿੰਨੇ ਵੀ ਪੋਸਟ ਨਿਕਲੀਆਂ ਸੀ ਉਹਨਾਂ ਦੀ ਜਾਣਕਾਰੀ। ਜੇ ਜਾਣਕਾਰੀ ਚੰਗੀ ਲੱਗੀ ਹੋਵੇ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਸ਼ੇਅਰ ਕਰੋ, ਵੱਧ ਤੋਂ ਵੱਧ ਲਾਈਕ ਜ਼ਰੂਰ ਕਰੋ, ਸਪਰੈਡ ਜ਼ਰੂਰ ਕਰਿਆ ਕਰੋ ਹਰ ਇੱਕ ਚੀਜ਼ ਨੂੰ, ਤਾਂ ਕਿ ਬਹੁਤ ਸਾਰੇ ਲੋਕਾਂ ਨੂੰ ਇਸ ਜੋਬ ਦਾ ਜਿਹੜਾ ਪਤਾ ਲੱਗ ਸਕੇ। ਧੰਨਵਾਦ, ਥੈਂਕ ਯੂ ਵੈਰੀ ਮੱਚ। ਜਦੇ ਵਸਦੇ ਰਹੋ, ਖੁਸ਼ ਰਹੋ, ਧੰਨਵਾਦ।